किसानी संघर्ष के चलते बीते दिन किसानों के साथ हुई सरकार की बैठक में केंद्र सरकार द्वारा इन खेती कानूनों को 1 से 1.5 साल तक रोके रखने का प्रस्ताव किसानों के सामने पेश किया है, जिसके चलते किसान जथेबंदियों द्वारा आज सरकार द्वारा पेश किए गए इस प्रस्ताव पर विचार किया जाएगा। वहीं दूसरी तरफ संघर्ष के चलते दिल्ली में निकाली जाने वाली ट्रैक्टर परेड को लेकर भी तैयारियां मुकम्मल की जा रही हैं, जिसे लेकर आज किसानों द्वारा पठानकोट में करीब 300 ट्रैक्टरों के साथ ट्रैक्टर परेड की रिहर्सल की गई, जो कि लतपालमा टोल प्लाजा से शुरू होकर शहर के विभिन्न बाजारों से होते हुए वापिस लतपालमा टोल प्लाजा पर जाकर खत्म हुई। इस संबंधी जानकारी देते हुए किसानों ने कहा कि खेती कानूनों को रद्द करने के लिए सरकार अभी भी गंभीर नहीं दिखाई दे रही, जिसके चलते 26 जनवरी गणतंत्र दिवस के उपलक्ष्य में दिल्ली में ट्रैक्टर मार्च निकाला जा रहा है, जिसकी आज पठानकोट में रिहर्सल की जा रही है। किसानों ने कहा कि अगर अभी भी सरकार नहीं जागी तो उनकी तरफ से संघर्ष को और तेज किया जाएगा। ਅੱਜ ਜਿਹੜਾ ਸਾਡੀ ਇਹ 26 ਜਨਵਰੀ ਜੋ ਜਿਹੜੇ ਅਸੀਂ ਦਿੱਲੀ ਟਰੈਕਟਰ ਲੈ ਕੇ ਜਾਣੇ ਆ ਸਾਰੇ ਉਹ ਆਪਣੇ ਅੱਜ ਇੱਥੇ ਇਕੱਠੇ ਹੋਏ ਆ। ਅਸੀਂ ਸਾਰੀ ਜਿਹੜੀ ਇਹ ਟਰੈਕਟਰ ਪਰੇਡ ਆ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇੱਥੋਂ ਹੋ ਕੇ ਮਲਕਪੁਰ ਚੌਂਕ, ਮਲਕਪੁਰ ਚੌਂਕ ਤੋਂ ਬੱਸ ਸਟੈਂਡ ਦੇ ਉੱਤੋਂ ਗਾੜੀਆਤਾ ਚੌਂਕ, ਗਾੜੀਆਤਾ ਚੌਂਕ ਤੋਂ ਸ਼ਾਹਪੁਰ ਚੌਂਕ, ਸ਼ਾਹਪੁਰ ਚੌਂਕ ਤੋਂ ਪੰਗੋਲੀ ਚੌਂਕ, ਪੰਗੋਲੀ ਚੌਂਕ ਤੋਂ ਚੌਂਤੇ ਦਾ ਖੂਹ ਪੁਲ ਨੰਬਰ 4 ਤੋਂ 5 ਤੋਂ ਪੰਜੂਪੁਰਾ, ਫੂਲ ਪਿਆਰਾ, ਸ਼ੇਰਪੁਰ, ਭੋਹਾ ਔਰ ਤੜਗੜ ਸੁਲਤਾਨਪੁਰ, ਸਾਰੀ ਤਾਰਾਗੜ੍ਹ ਹੁੰਦੀ ਹੋਈ ਜਿਹੜੀ ਆ ਦੀਨਾਨਗਰ ਦੇ ਵਿੱਚੋਂ ਦੀ ਜਿਹੜੀ ਉਹ ਘਰੋਟੇ ਆਦਿ ਨੂੰ ਜਾਏਗੀ। ਔਰ ਇਹ ਇੱਕ ਜਿਹੜੀ ਆ ਮੋਦੀ ਦੇ ਕੰਨ ਖੋਲਣ ਲਈ ਔਰ ਇਸ ਮਾੜੀ ਸਰਕਾਰ ਨੂੰ ਦੱਸਣ ਵਾਸਤੇ ਵੀ ਆਓ, ਜੇ ਦੇਸ਼ ਦੇ ਜਿਹੜੇ ਵੱਡੇ ਵਕੀਲਾਂ ਬੁੱਧੀਜੀਵੀਆਂ ਬਾਹਰਲੇ ਦੇਸ਼ਾਂ ਨੇ ਕਹਿਤਾ ਵੀ ਇਹ ਕਾਨੂੰਨ ਮਾੜੇ ਤਾਂ ਤੁਸੀਂ ਕਿਉਂ ਨਹੀਂ ਇਹਦਾ ਖਹਿੜਾ ਛੱਡਦੇ, ਸਾਡੀ ਅਪੀਲ ਆ ਇਹਨਾਂ ਨੂੰ ਰੱਦ ਕਰ ਦਿਓ, ਤੁਸੀਂ ਵੀ ਖੁਸ਼, ਸਾਰੀ ਜਨਤਾ ਖੁਸ਼। ਇਹਨਾਂ ਕਹਿੰਦਾ ਹੋਇਆ ਜੈ ਜਨਤਾ ਜੈ ਭਾਰਤ, ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਜ਼ਿੰਦਾਬਾਦ। ਅੱਜ ਅਸੀਂ ਇੱਥੇ ਸਾਡਾ ਲਤਪਾਲਵਾ ਟੋਲ ਪਲਾਜ਼ਾ ਜਿਹੜਾ ਹੈ, ਇੱਥੋਂ ਅਸੀਂ ਜਿਹੜਾ ਇੱਕ ਟਰੈਕਟਰ ਮਾਰਚ ਜਿਹੜਾ ਕੱਢ ਰਹੇ ਹਾਂ, ਜਿਹੜਾ ਕਿ ਪੂਰੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਜਿਹੜਾ ਕੱਢਿਆ ਜਾਏਗਾ। ਇਹਦਾ ਜਿਹੜਾ ਮੇਨ ਗੱਲ ਜਿਹੜੀ ਇਹ ਹੈਗੀ ਹੈ ਟਰੈਕਟਰ ਮਾਰਚ ਕੱਢਣ ਦੀ, ਉਹ ਮੇਨ ਗੱਲ ਇਹ ਹੈ ਕਿ ਜਿਹੜਾ 26 ਤਰੀਕ ਨੂੰ ਟਰੈਕਟਰ ਪਰੇਡ ਦਿੱਲੀ ਦੇ ਵਿੱਚ ਕੱਢਿਆ ਜਾਣਾ ਹੈ, ਉਸ ਟਰੈਕਟਰ ਪਰੇਡ ਦੇ ਵਿੱਚ ਅਸੀਂ ਸਾਰਿਆਂ ਨੇ ਪਹੁੰਚਣਾ ਹੈ। ਅਤੇ ਇੱਥੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਸੈਂਟਰ ਸਰਕਾਰ ਹੈ, ਸੈਂਟਰ ਸਰਕਾਰ ਵਾਸਤੇ ਇਹ ਬੜੀ ਅਫਸੋਸ ਦੀ ਗੱਲ ਹੈ, ਬੜੀ ਸ਼ਰਮ ਵਾਲੀ ਗੱਲ ਹੈ ਸੈਂਟਰ ਸਰਕਾਰ ਵਾਸਤੇ ਕਿ ਜਿਹੜੇ ਕਿਸਾਨ ਆਪਣੇ ਹੱਕ ਸੱਚ ਦੀ ਆਵਾਜ਼ ਦਿੱਲੀ ਦੀਆਂ ਸਰਹੱਦਾਂ 'ਤੇ ਉਠਾ ਰਹੇ ਨੇ, ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਅਰਬਨ ਨੈਕਸਲਾਈਟਸ ਦੇ ਨਾਮ ਤੋਂ ਜਿਹੜਾ ਇਹ ਜਿਹੜਾ ਬੁਲਾ ਰਹੇ ਨੇ, ਬੜੇ ਅਫਸੋਸ ਦੀ ਗੱਲ ਹੈ। ਅਸੀਂ ਇੱਥੇ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਉਹੀ ਕਿਸਾਨ ਨੇ, ਇਹ ਉਹੀ ਪੰਜਾਬੀ ਨੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ 95% ਆਪਣੀਆਂ ਸ਼ਹੀਦੀਆਂ ਦੇ ਦਿੱਤੀਆਂ, ਅੱਜ ਉਹਨਾਂ ਨੂੰ ਤੁਸੀਂ ਅੱਤਵਾਦੀ ਕਹਿ ਰਹੇ ਹੋ। ਔਰ ਇੱਕ ਬੜੇ ਅਫਸੋਸ ਵਾਲੀ ਗੱਲ ਇਹ ਵੀ ਹੈ ਕਿ ਜਿਹੜੇ ਰਵੀ ਸਿੰਘ ਖਾਲਸਾ ਏਡ ਨੇ, ਜਿਹੜੇ ਕਿ ਸਮੁੱਚੀ ਮਨੁੱਖਤਾ ਦਾ ਜਿਹੜਾ ਭਲਾ ਕਰਦੇ ਨੇ, ਲੋਕਾਂ ਦਾ ਪੇਟ ਭਰਦੇ ਨੇ, ਜਿੱਥੇ ਵੀ ਕਿਤੇ ਕੋਈ ਆਪਦਾ ਆਉਂਦੀ ਹੈ ਉੱਥੇ ਲੰਗਰ ਲੈ ਕੇ ਜਾਂਦੇ ਨੇ, ਉਹਨਾਂ ਨੂੰ ਨੋਬਲ ਪ੍ਰਾਈਜ਼ ਵਾਸਤੇ ਬਾਹਰ ਦੇ ਦੇਸ਼ ਦੇ ਲੋਕ ਜਿਹੜੇ ਨੇ ਨਿਵਾਜ ਰਹੇ ਨੇ, ਪਰ ਜਿਹੜੇ ਸਾਡੇ ਦੇਸ਼ ਦੀ ਸਰਕਾਰ ਹੈ ਉਹਨਾਂ ਨੂੰ ਕੀ ਕਹਿ ਰਹੀ ਹੈ, ਸਾਡੇ ਦੇਸ਼ ਦੀ ਸਰਕਾਰ ਉਹਨਾਂ ਨੂੰ ਅੱਤਵਾਦੀ ਕਹਿ ਰਹੀ ਹੈ। ਇਹ ਬੜੇ ਅਫਸੋਸ ਦੀ ਗੱਲ ਹੈ। ਔਰ ਮੈਂ ਇੱਥੇ ਇਹ ਕਹਿ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਸ਼ਹੀਦ ਨੇ, ਇਹਨਾਂ ਸ਼ਹੀਦਾਂ ਦੀ ਜਿਹੜੀ ਗੱਲ ਅਸੀਂ ਕਰ ਲਈਏ, ਇਹਨਾਂ ਨੇ 95% ਸ਼ਹੀਦੀਆਂ ਪਹਿਲੇ ਵੀ ਦਿੱਤੀਆਂ ਨੇ ਦੇਸ਼ ਵਾਸਤੇ, ਤੇ ਅੱਜ ਵੀ ਕਿਸਾਨ 100 ਤੋਂ ਵੱਧ ਕਿਸਾਨ ਆਪਣੀਆਂ ਸ਼ਹਾਦਤਾਂ ਦਿੱਲੀ ਦੀਆਂ ਸਰਹੱਦਾਂ ਤੇ ਦੇ ਚੁੱਕਾ ਹੈ। ਔਰ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਦੀ ਹਾਂ ਸੈਂਟਰ ਸਰਕਾਰ ਨੂੰ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੱਗਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਜਦ ਚਰਬੀ ਟਲੇ ਸ਼ਹੀਦਾਂ ਦੀ, ਅਰਸ਼ਾਂ ਵਿੱਚ ਚਾਨਣ ਹੋ ਜਾਂਦਾ, ਜਦ ਉਸਰੇ ਕੰਧ ਮਸੂਮਾਂ ਤੇ ਟੱਠੀ ਹੋਈ ਕੌਮ ਖਲੋ ਜਾਂਦੀ, ਇਨਕਲਾਬ ਜ਼ਿੰਦਾਬਾਦ। ਜਿਵੇਂ 26 ਜਨਵਰੀ ਹੈ ਤਾਂ ਕਿੰਨੇ ਟਰੈਕਟਰ ਜਿਹੜੇ ਆ ਇੱਥੋਂ ਦੀ ਜਿਹੜੇ ਦਿੱਲੀ ਨੂੰ ਰਵਾਨਾ ਹੋਣਗੇ? ਹਜ਼ਾਰਾਂ ਹੀ ਟਰੈਕਟਰਸ ਜਿਹੜੇ ਨੇ ਇੱਥੋਂ ਜਾ ਰਹੇ ਨੇ, ਜ਼ਿਲ੍ਹਾ ਪਠਾਨਕੋਟ ਦੇ ਵਿੱਚੋਂ ਹਜ਼ਾਰਾਂ ਟਰੈਕਟਰਸ ਜਾ ਰਹੇ ਨੇ। ਅਸੀਂ ਅੱਜ ਦੀ ਜਿਹੜੀ ਇਹ ਟਰੈਕਟਰ ਮਾਰਚ ਜਿਹੜਾ ਅਸੀਂ ਕੱਢ ਰਹੇ ਹਾਂ, ਇਹ ਇੱਕ ਸੰਕੇਤਕ ਜਿਹੜਾ ਕੱਢ ਰਹੇ ਹਾਂ, ਔਰ ਜਿੱਥੇ ਜਿੱਥੇ ਤੱਕ ਅਸੀਂ ਸਾਡੇ ਟਰੈਕਟਰ ਮਾਰਚ ਜਾਏਗਾ, ਜਿੱਥੇ ਜਿੱਥੇ ਤੱਕ ਇਸ ਕਿਸਾਨੀ ਜਿਹੜੀ ਸੰਘਰਸ਼ ਦੀ ਗੂੰਜ ਜਾ ਰਹੀ ਹੈ, ਉਹ ਹਰ ਇੱਕ ਇਨਸਾਨ ਜਿਹੜਾ ਹੈ ਦਿੱਲੀ ਦੀ ਸਰਹੱਦ ਦੇ, ਦਿੱਲੀ ਦੇ 26 ਤਰੀਕ ਨੂੰ, 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ। ਪਠਾਨਕੋਟ ਤੋਂ ਕੈਮਰਾਮੈਨ ਅਭਿਸ਼ੇਕ ਭਾਰਦਵਾਜ ਦੇ ਨਾਲ ਅਜੇ ਸੈਣੀ ਦੀ ਰਿਪੋਰਟ।